जी दोस्तों, अस्सलाम वालेकुम, क्या था हाल चाल है? मैं ठीक हूँ, आप सुनाएं। अब मैंने ये देखे, मैंने अभी अपनी पढ़ाई मुकम्मल कर ली है और इसी के साथ हम आपको आज दिखाएंगे कोई वीडियो दिखाएंगे। चलो आइए हमारे साथ। अस्सलाम वालेकुम व्यूअर्स, की हाल है? तो ना मेहनत करने हैं, तुम ठीक हो या सी ठीक हैं? तो आप वीडियो शुरू करने हैं। हम दोस्तों आज के लगे हम आपको कुछ वीडियो दिखाएंगे। जैन तो काम में फटी तो पे खड़ा हो जो तो खड़ा फटी डिगा लेकिन ना तो जी व्यूअर्स आए और तब दिखाने से ना खैर आवाज बंद कर खाना आ जा जिसे ना खाना गली सुकून ना अपने कमरे में बैठी हुई है। इन्हू होर काम केड़ा है और हमेशा ये किस ना कदम लाल लाभ लेंदे ने ऐसा करके ਅਨਸਰ ਸੈਂਟਰ ਚਲਾਉਣ ਸਹੀ ਚਲਾਉਂਦਾ ਹੈ ਕਿ ਜਾਨੀ ਸੈਂਟਰ ਸਹੀ ਚਲਾਉਂਦਾ ਮੈਂ ਸਹੀ ਚਲਾਉਂਦਾ ਤੁਹਾਨੂੰ ਦਿਖਾਉਂਦੇ ਹਾਂ ਚਲਾਉਂਗੇ ਕੈਮਰਾ ਕਾਰ ਇੱਕ ਮਿੰਟ ਅਮੀ ਇੱਕ ਕੈਮਰਾ ਨਾ ਤਾਂ ਸਹੀ ਕਰ ਲੈ ਕੈਮਰਾ ਤਾਂ ਸਹੀ ਕਰ ਲਓ ਪਿੱਛਾ ਕਰ ਲਓ ਜਾਨੀ ਹੱਲੇ ਪਤਾ ਨਹੀਂ ਕੈਮਰਾ ਪਿੱਛਾ ਕਿੱਥੋਂ ਇੱਥੋਂ ਵੀ ਨਹੀਂ ਕਿੱਥੇ ਆਉਣਾ ਕਰ ਕਰ ਸੁਜਾਨ ਮੇਰੇ ਚ ਨਾ ਠੋਕੇ ਇੱਥੇ ਕਾਰ ਚ ਵੀ ਗੱਡੀ ਤੇ ਚਲਾ ਜਾਂਦੀ ਬਾਹਰ ਨੂੰ ਬੜੀ ਕੁਝ ਦੇਖ ਕੇ ਦੇ ਸੁਜਾਨ ਕੋਈ ਦਿੱਕਤ ਆ ਗਈ ਹੋਈ ਸਹੀ ਚਲਾਉਣਾ ਮੈਂ ਕਿ ਦੇਖੀ ਆਇਓ ਤਾਂ ਦਿਖਾਉਂਦੇ ਆ ਕਿ ਸਨਾ ਖਾਨ ਦਾ ਤੰਨੀ ਹੈ ਪਹਿਲੇ ਵੇਖੀ ਇਹਨਾਂ ਨੂੰ ਕਿੰਨਾ ਸ਼ੋਰ ਕਰਦੇ ਪਏ ਹਾਂਜੀ ਬਾਦਸ਼ਾਹ ਤੁਹਾਨੂੰ ਕੀ ਮਸਲਾ ਵੇਖੋ ਕੁੱਜੀ ਦੇ ਵਿੱਚ ਬੈਠਾ ਹੋਇਆ ਵੀ ਤੋਤਾ ਮਾਸ਼ਾਅੱਲਾ ਕਿੰਨੇ ਪਿਆਰੇ ਲੱਗਦੇ ਨੇ ਉਹ ਦੇਖੋ ਜੋੜੀ ਕਿੱਥੇ ਬੈਠੀ ਇਹ ਜਗ ਲੜਦੇ ਵੀ ਬੜਾ ਨੇ ਆਪਸ ਦੇ ਵਿੱਚ ਅਮੀ ਉਹ ਵੀ ਵਿਖਾ ਦੇ ਐ ਜੀ ਦੇਖੋ ਜੀ ਤਨ ਉਧਰ ਨੂੰ ਕਰੋ ਕਿਹੜਾ ਸਨਾ ਖਾਨ ਨੇ ਗਾਇਆ ਸੀ ਮਾਸ਼ਾਅੱਲਾ ਕਿੱਦਾਂ ਵੱਡਾ ਹੋਇਆ ਲੈ ਕਰ ਦੇ ਤੇ ਐ ਵਾਲਾ ਕਿਹੜਾ ਤਨੀਆ ਜੀ ਐ ਤੁਹਾਨੂੰ ਦੱਸਣੀ ਇਹ ਸ਼ਜ਼ੈਨ ਨੇ ਗਾਇਆ ਸ਼ਜ਼ੈਨ ਨੂੰ ਪੁੱਛਣਾ ਇਹਨੂੰ ਤਨੀਆ ਕਿਸ ਤਰ੍ਹਾਂ ਹੁੰਦਾ ਪਹਿਲੇ ਟੋਇਆ ਕੀਤਾ ਵਿੱਚ ਸੁੱਕਾ ਧਨੀਆ ਪਾਇਆ ਔਰ ਗਾਇਆ ਕਰਿਆ ਫਿਰੋਜ਼ ਕੀਤਾ ਪਹਿਲੇ ਟੋਇਆ ਕੀਤਾ ਫਿਰ ਸੁੱਕਾ ਧਨੀਆ ਹਾਂ ਪਾਇਆ ਤੇ ਉੱਗਾ ਫਿਰ ਉਹਨਾਂ ਨੂੰ ਇੱਕ ਦਿਨ ਛੱਡ ਕੇ ਇੱਕ ਦਿਨ ਪਾਣੀ ਭਰਨਾ ਹਾਂ ਸ਼ਜ਼ੈਨ ਵੇਖੋ ਕਿੱਦਾਂ ਸੁਣਦਾ ਵੀ ਇਹ ਜੋ ਸ਼ਜ਼ੈਨ ਦਾ ਧਨੀਆ ਠੀਕ ਹੈ ਜਿਹੜਾ ਸ਼ਜ਼ੈਨ ਨੇ ਗਾਇਆ ਸੀ ਇਹ ਜੀ ਇਹ ਜੀ ਅਸੀਂ ਗਾਇਆ ਕਿਹੜਾ ਮੈਂ ਤਾਂ ਸੁਣਾ ਧਨੀਆ ਮਾਸ਼ਾ ਤਾਂ ਸਹੀ ਹੋ ਗਿਆ ਲਸਣ ਆ ਕੇ ਦੁਬਾਰਾ ਪੋਤਾ ਦੇਸੀ ਲਸਣ ਹੈ ਹਾਂਜੀ ਚਲੋ ਆਵੋ ਹੁਣ ਸਾਰੇ ਜਾਣੇ ਇਕੱਠੇ ਜਾਣੇ ਆਵੋ ਤੁਹਾਨੂੰ ਮੈਂ ਦੱਸਣੀ ਆ ਤੁਸੀਂ ਕੀ ਕਰਨਾ ਚਲ ਆ ਅੱਗੇ ਜਾਂਦੀ ਸੀ ਹੁਣ ਅਨਸਰ ਤੂੰ ਆ ਸਾਈਕਲ ਤੇ ਫਿਰ ਤੇਰੀ ਮੰਮਾ ਆਵੇਗੀ ਹਾਂਜੀ ਅਨਸਰ ਸੁਜ਼ੈਨ ਸਾਡ ਤੇ ਆ ਸ਼ੇਰ ਦਾ ਮੂੰਹ ਕੱਢ ਲੈ ਹੁਣ ਮੇਰੀ ਵਾਰੀ ਜੀ ਹੁਣ ਹੁਣ ਅਨਸਰ ਦੀ ਮੰਮਾ ਦੀ ਵਾਰੀ ਆ ਗਈ ਸੁਜ਼ੈਨ ਸਾਈਡ ਤੇ ਅੱਗੋਂ ਸੁਜ਼ੈਨ ਸਾਈਡ ਤੇ ਆ ਗਿਆ ਸਾਈਕਲ ਪਤਾ ਨਹੀਂ ਵਰਦੀ ਹੈ
ਮੇਰੇ ਜਨਾ ਟੱਕੇ ਕਰ ਲਿਆ ਮੈਨੇ ਚੱਲ ਚੱਲ ਧੱਕਾ ਮਾਰ ਠੀਕ ਹੈ ਮੈਂ ਮਾਰ ਆਂਟੀ ਨੇ ਪੁੱਤਰ ਚਲਾ ਦਿੱਤੀ ਨਾ ਤੁਹਾਡੀ ਸੰਗਲੀ ਚੁੱਟ ਜਾਣੀ ਹੈ ਆਂਟੀ ਨੂੰ ਤੁਸੀਂ ਪਾਰ ਨਾ ਹੀ ਪਾਓ ਨਾ ਕਿਉਂਕਿ ਆਂਟੀ ਨੇ ਜੇ ਚਲਾ ਦਿੱਤੀ ਨਾ ਤੇ ਹੋਰ ਕੰਮ ਖਰਾਬ ਹੋ ਜਾਣਾ ਤੁਸੀਂ ਚਲਾ ਲਓ ਠੀਕ ਹੈ ਅੱਗੇ ਤਾਂ ਮੈਨੂੰ ਪਤਾ ਹੀ ਨਹੀਂ ਅਤੇ ਵੀਡੀਓ ਬਣਦੀ ਨਹੀਂ ਪਈ ਸੀ ਅਤੇ ਮੈਂ ਐਵੇਂ ਲੱਗੀ ਹੋਈ ਗੱਲਾਂ ਨੂੰ ਅਤੇ ਇਹ ਉੱਥੇ ਵਾਪਸ ਆਏ ਅਤੇ ਆਹ ਵੇਖੋ ਵੀਵਰ ਜੀ ਅਸੀਂ ਤੁਹਾਨੂੰ ਜਗਾੜ ਦਿਖਾਉਂਦੇ ਹਾਂ ਕਿਹੜਾ ਅਸੀਂ ਦੇਸੀ ਜਗਾੜ ਬਣਾਇਆ ਜੀ ਇਹਦੇ ਵੀਡੀਓ 'ਚ ਦੱਸਿਆ ਲੇਕਿਨ ਉਸ ਟਾਈਮ ਵੀਡੀਓ ਬਣਦੀ ਨਹੀਂ ਪਈ ਸੀ ਮੈਨੂੰ ਭੁੱਲ ਗਿਆ ਸੀ ਇਹ ਅਸੀਂ ਜੀ ਬਣਾਈ ਸੀ ਰਾਤ ਨੂੰ ਲਾਈਟ ਗਈ ਚਲੀ ਸੀ ਅਤੇ ਤਾਂ ਕਰਕੇ ਨਾ ਮੋਟਰਸਾਈਕਲ ਨਹੀਂ ਹੁੰਦੀ ਕਿਹੜੀ ਉਹਦੇ ਨਾਲ ਅਸੀਂ ਵੇਖੋ ਤਾਰਾਂ ਲਾਈਆਂ ਰਾਤ ਨੂੰ ਫਿਰ ਸਾਰੇ ਸਾਈਨ ਦੇ ਵਿੱਚ ਨਾ ਰੋਸ਼ਨੀ ਹੋ ਗਈ ਸੀ ਅਤੇ ਸਾਨੂੰ ਮੈਨੂੰ ਤਾਂ ਸਿਰਫ ਐਲ ਸੀ ਕੀ ਹੁੰਦਾ ਐਲ ਸੀ ਆਈ ਡੀ ਹਾਂ ਸੀ ਆਈ ਡੀ ਮੈਨੂੰ ਤਾਂ ਨਾਮ ਹੀ ਨਹੀਂ ਹੁੰਦਾ ਸਹੀ ਤਰ੍ਹਾਂ ਆਉਂਦਾ ਹੈਗਾ ਲਓ ਜੀ ਹੁਣ ਰੋਸ਼ਨੀ ਆ ਗਈ ਅਤੇ ਉਹ ਦੇਖੋ ਸਾਨੂੰ ਸਾਨੇ ਪੱਖਾ ਵੀ ਰੱਖਿਆ ਜੇ ਹੱਥ ਨੂੰ ਕਰਨ ਦੀ ਇਹਨੂੰ ਥੱਲੇ ਕਰ ਦੇ ਪੱਖਾ ਵੀ ਤੁਸੀਂ ਵੀ ਬਸ ਮਿਹਨਤ ਕਰਨੇ ਆਤਾ ਵੀ ਲੋਕ ਤੁਹਾਨੂੰ ਅੱਛਾ ਲੱਗਾ ਹੋਏਗਾ ਇਸੇ ਤਰ੍ਹਾਂ ਤੁਸੀਂ ਆਪਣੇ ਸੋਬੀਆ ਖਾਨ ਨੂੰ ਸ਼ਜ਼ੈਨ ਅਲੀ ਨੂੰ ਔਰ ਅੰਸਰ ਅਲੀ ਕੋ ਇਜਾਜ਼ਤ ਹੈ ਔਰ ਸਨਾ ਖਾਨ ਕੋ ਵੀ ਇਜਾਜ਼ਤ ਹੈ ਇੱਕ ਨਈ ਵੀਡੀਓ ਕੇ ਸਾਥ ਫਿਰ ਹਾਜ਼ਰ ਹੋਵਾਂਗੇ ਅੱਲਾ ਹਾਫਿਜ਼।